ਲਿਆ ਨਨਿਆ ਲਿਆ, ਖਰਾਬ ਹੋ ਗਿਆ ਸਾਰਾ ਰਸ਼ਕਾ, ਇਹ ਜਿਹੜਾ ਪੈਂਚਰ ਹੋ ਗਿਆ। ਬਿਸਮਿਲ੍ਲਾ ਰਹਿਮਾਨ ਰਹੀਮ, ਅਸਲਾਮ ਅਲੈਕੁਮ, ਮੇਰਾ ਨਾਮ ਫਰਹਾਨ ਅਦਰ ਖਾਨ, ਤੁਸੀਂ ਰਿਜ਼ ਪੇ ਯੂਟਿਊਬ ਚੈਨਲ ਫਰਹਾਨ ਵਰਲਡ। ਉਮੀਦ ਕਰੇ ਸਲਾਹ ਦੇ ਕਰਮ ਨਾਲ ਸਾਰੇ ਠੀਕ ਠਾਕ ਹੋ। ਸੋ ਅੱਜ ਦਾ ਵਲੋਗ ਸ਼ੁਰੂ ਕਰਨ ਤੋਂ ਪਹਿਲੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ, ਵਾਹ ਸ਼ੁਰੂ ਕਰੀਨੇ ਅੱਜ ਦਾ ਵਲੋਗ। ਅੱਛਾ ਜੀ, ਅਸਾਂ ਵੈਂਦੇ ਪਏ ਆਪਣੀ ਗਾਂ ਖੇਡਣ ਵਾਸਤੇ। ਸਾਡੀ ਗਾਂ ਖਲੋਤੀ ਹੈ ਜੀ ਇੱਕ ਭਾਂਡ ਅਤੇ ਅਬੂ ਹੋਰਾਂ ਦੇ ਦੋਸਤ ਅਤੇ ਉਹਨਾਂ ਦੇ ਕੋਲ, ਅਤੇ ਹੁਣ ਮੈਂ ਅਤੇ ਅਲੀ ਅਬਾਸ ਨਾਲ, ਸਾਡੇ ਨੰਨਾ ਭਰਾ ਹੈ ਮਸਾਦ ਸਾਡਾ, ਇਹ ਸਾਡੇ ਨਾਲ ਹੈ ਅਤੇ ਸਰ ਮਸਾਦ ਸਾਰਾ ਨਜ਼ਰ ਅਬਾਸ ਖਾਨ ਲਿਸ਼ਾਰੀ ਸਾਹਿਬ ਸਾਡੇ ਨਾਲ ਹੈ, ਅਤੇ ਅਸਾਂ ਹੁਣ ਵਹਿੰਦੇ ਪਏ ਜੀ ਰਿਸ਼ਕੇ ਅਤੇ ਸਾਡੀ ਗਾਂ ਖਲੋ ਸੀ। ਉਸ ਤੋਂ ਬਾਅਦ ਅਲੀ ਅਬਾਸ ਸਰ ਨਾਲ ਹੈ, ਮਤਲਬ ਕਿ ਨਾ ਬੱਚਾ, ਅਤੇ ਹੁਣ ਵਹਿੰਦੇ ਹਾਂ ਜੀ ਵਾਈ ਕਿਉਂ ਗਾਂ ਖੇਡਾਂ ਨੇ ਆਪਣੀ। ਅਲੀ ਅਬਾਸ ਨੂੰ ਤ੍ਰੇਲ ਲੱਗ ਗਈ ਹੈ ਜੀ, ਨਲਕਾ ਗਿਣੀ ਦਾ ਖਲੋ ਤੇ ਦੁਆ ਕਰੋ ਪਾਣੀ ਚਾਹ ਬਣ ਜਾਏ। ਫਿਲਹਾਲ ਤਾਂ ਪਾਣੀ ਚਾਹ ਦਾ ਕੋਈ ਨਹੀਂ ਪਿਓ। ਕੀ ਪੋਜੀਸ਼ਨ ਹੈ ਅਲੀ ਅਬਾਸ, ਚਾਹ ਵੈ ਸੀ ਹੈ ਓਏ, ਪਾਣੀ ਚਾਹ ਸੀ, ਚਾਹ ਸੀ, ਹੱਸ ਦਾ ਖਲੋ ਤਾਂ ਫਿਲਾ ਫਿਲਾ, ਨਲਕਾ ਪਾਣੀ ਕੋਈ ਨਹੀਂ ਪਿਆ ਚਾਹ। ਚੱਲ ਟੁਰ, ਖੈਰ ਤੇਰੀ ਆਪਣੀ ਕਿਸਮਤ, ਆਵੇ ਮਿੱਠੂ ਚੱਲ। ਨਹੀਂ ਤੇ ਮੋਟੀ ਕਹਿ ਬਹੁਤ ਲੇਖ ਪਈ ਹੋ ਸੀ, ਪਰ ਕੋਈ ਚਾਹ ਸ਼ਾਇਦ ਉਹਨੇ ਰੱਖੀ ਹੋਏ, ਇਹਦੇ ਚਾਹ ਤੁਹਾਨੂੰ ਸਾਰੇ ਸਿੰਨੀ ਨੇ ਮੇਰੇ ਖਿਆਲ ਪਾਣੀ ਛਾਣੀ ਹੋ ਸੀ। ਆਹ ਚੱਲ ਬਾਈ, ਕੱਤ ਵਿੱਚ ਪਾਣੀ ਪਰ ਉਗੇੜ ਹੋ ਤੂੰ ਤਾਂ ਦੋਰ ਅਰਥਾ ਸਾਰੀ ਸਾਰੀ ਜ਼ਿੰਦਗੀ ਕਮਰੇ ਤੇ ਜਾ ਲੱਗੇ ਬਸ। ਆਇਆ 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 ਆਇਆ, ਪਾਣੀ ਆਵੇ ਆਵੇ ਆਏ, ਬੋਤਲ ਭਰ ਕੇ ਪਹਿਲੇ ਉੱਥੇ ਰੱਖ, ਜੋ ਤੇਰੇ ਯਾਰ ਕੋਈ ਤਸਾ ਆਵੇ ਤਾਂ ਪਾਣੀ ਪੀ ਲਵੇ। ਮਸਾਜ ਹੀ ਸਾਰਾ ਥੱਕਾ ਬੈਠਾ, ਮਸਾਜ ਥੱਕਾ ਬੈਠਾ ਇਹ ਗੱਲ ਤੇ ਸਾਰੇ ਯਾਰ, ਅਗਰ ਕੋਈ ਹੋਰ ਮੁਸਾਫਿਰ ਆਉਂਦਾ ਨਾ ਜਿਹਨੂੰ ਤਰੇਲ ਲੱਗ ਜਾਂਦੀ ਹੈ ਅਲੀ ਅਬਾਸ ਸਾਰ, ਇਹ ਇਸ ਜਹਾਜ਼ ਤੇ ਬੋਤਲ ਪਈ ਹੁੰਦੀ ਨੇ, ਇਹ ਢਮਕ ਢਮਕ ਰੋਡ, ਢਮਕ ਰੋਡ ਕਿਹੜਾ, ਢਮਕ ਬਰਾਸਤਾ ਕਿਵੇਂ, ਐਨੋ ਮੋੜ ਤੂੰ ਢਮਕ ਚੌਕ ਤਾਂ ਜਿਹੜਾ ਆਉਂਦਾ ਰਾਹ ਤੇ, ਇਹ ਦੇਖ ਸਕਦੇ ਹੋ ਕੋਠੀ ਉੱਠੀ ਪਾਈ ਹੋਈ ਹੈ, ਨਲਕਾ ਲੱਗਾ ਹੋਇਆ, ਅਗਰ ਪਾਣੀ ਲਾਈ ਖਲੋਤਾ ਹੋਵੇ ਤਾਂ ਇਹ ਅੰਦਰ ਬੋਤਲ ਪਈ ਹੁੰਦੀ ਨੇ, ਤੂੰ ਚਾਹ ਕੇ ਵਿੱਚ ਘਾਤ ਕੇ ਤੇ ਆਪਣਾ ਪਾਣੀ ਪੀ ਲਵੇ। ਹੁਣ ਜੀ ਜੀ ਬਿਲਕੁਲ, ਮੈਂ ਮਾਰੀ ਨਾ ਯਾਰ, ਇਹ ਬਦਤਮੀਜ਼ ਹੋ ਗਏ ਯਾਰ, ਕੱਲ ਦਾ ਪਤਾ ਨਹੀਂ ਕਿਹੋ ਜਿਹੀਆਂ ਗੱਲਾਂ ਕਰਨ ਲੱਗ ਗਏ, ਪਾਗਲ ਹੋਏ ਬੰਦੇ ਮੇਰੇ ਖਿਆਲ। ਚੱਲ ਹੁਣ ਮੈਂ ਸਾਥ ਥੱਕਾ ਬੈਠਾ ਵਾਂ ਜਾਏ ਬਸ, ਜਲਦੀ ਜਲਦੀ ਸਾਰੀ ਖਲੋਤੀ ਹੋਈ ਹੈ ਵੈਟ ਜਿਹੜੀ ਹੈ, ਤੇ ਇਹ ਦੇਖੋ ਜੀ ਪਰਿੰਦੇ ਸ਼ਰਿੰਦੇ ਲਿਖੇ ਹੋਈਆਂ ਇਹਦੇ ਨਾਲ। ਚਲੋ ਜੀ, ਤੇ ਪਰਿੰਦੇ ਸ਼ਰਿੰਦੇ ਹੈ, ਸਹੀ ਮਾਹੌਲ ਬਣਿਆ ਹੋਇਆ, ਤੁਹਾਨੂੰ ਸਾਰਾ ਦਿਖਾ ਛੋੜਦਾ ਹਾਂ। ਅਲੀ ਅਬਾਸ ਨੂੰ ਸ਼ੌਂਕ ਹੈ ਜੀ ਪਰਿੰਦੇ ਦੇਖਣ ਦਾ, ਤੇ ਇਹਦੇ ਅੰਦਰ ਅਸੀਲ ਕੁੱਕੜ ਨਾਲ ਕੁੱਕੜ ਹੀ ਖਲੋਤੀ ਹੋਈ ਹੈ, ਤੇ ਉਸ ਤੋਂ ਬਾਅਦ ਇੱਕ ਮੈਂ ਖਾਲੀ ਅੰਡਿਆਂ 'ਤੇ ਬੈਠੀ ਹੋਈ ਹੈ ਜੀ, ਪਰਾਂ ਇਹ ਅੰਡਿਆਂ 'ਤੇ ਬੈਠੀ ਹੋਈ ਨੇ, ਅੱਗੇ 'ਚ ਇੱਕ ਕਬੂਤਰ ਇਹਨੇ, ਤੇ ਉਸ ਤੋਂ ਬਾਅਦ ਇਹ ਤਾਜ਼ੀ ਕਿਹੜੀ ਨਸਲ ਹੈ, ਗਲੂਰਾ ਤਾਜ਼ੀ, ਇਹ ਤਾਜ਼ੀ ਗਲੂਰਾ ਕੇ ਖਲੋਤੇ ਨੇ। ਇੱਥੇ ਘੋੜੀਆਂ ਹੀ ਖਲੋਤੀਆਂ ਜੀ, ਹੁਣ ਤੁਹਾਨੂੰ ਘੋੜੀਆਂ ਦਿਖਾਉਂਦੇ ਹਾਂ,
ਇਹ ਦੇਖੋ ਜੀ ਮਾਸ਼ਾਅੱਲਾ ਸੋਹਣੀਆਂ ਘੋੜੀਆਂ ਖਲੋਤੀਆਂ ਹੋਈਆਂ। ਇਹ ਘੋੜੀ ਖਲੋਤੀ ਹੋਈ ਹੈ, ਉਸ ਤੋਂ ਬਾਅਦ ਇੱਕ ਉਹ ਖਲੋਤੀ ਹੋਈ ਹੈ ਅਤੇ ਇੱਕ ਉਹਦੇ ਪਰੂ ਖਲੋਤੀ ਹੋਏ ਨੇ। ਮਾਸ਼ਾਅੱਲਾ ਜੀ ਸੋਹਣੀਆਂ ਘੋੜੀਆਂ। ਇਹ ਸੋਹਣੀਆਂ ਬੱਕਰੀਆਂ, ਚਿੱਟੀਆਂ ਬੱਕਰੀਆਂ ਦੇਖੋ ਜੀ। ਇਹ ਦੇਖੋ ਇਹ ਸੋਹਣੀਆਂ ਬੱਕਰੀਆਂ ਖਲੋਤੀਆਂ ਮਾਸ਼ਾਅੱਲਾ। ਇਹ ਜੀ ਵੈਟ ਸਾਰੀ, ਅਤੇ ਇਸ ਨੂੰ ਹੁਣ ਅਸਾਂ ਲਈ ਜਾਂਦੇ ਹਾਂ ਵਾਪਸ ਘਰ, ਅਤੇ ਅੱਗੇ ਆਈ ਸਾਰੇ ਪਿਤਰੇ ਕੋਲ। ਹੈਂ ਨਹੀਂ ਨਹੀਂ ਕੁਝ ਨਹੀਂ ਆ ਦਿਖਾਏ ਰਿਹਾ ਲਵਾਰਸ ਵੈੜਾ ਗਵਾਂ ਦੀ ਪਈ ਹੈ। ਤਾਂ ਪਿੱਛੋਂ ਜਿਹੜੀਆਂ ਖਲੋਤੀਆਂ ਗਾਈਆਂ ਉਹ ਡਿੱਗਦੀਆਂ ਖਲੋਤੀਆਂ, ਕਿਉਂਕਿ ਇਹ ਹੁਣ ਇੱਕ ਦੂਜੇ ਤੋਂ ਜੁਦਾ ਹੁੰਦੀਆਂ ਪਈਆਂ। ਇਹ ਹੁਣ ਪਰ ਆਪਣੇ ਘਰ ਵਹਿੰਦੀ ਪਈ ਹੈ, ਅਤੇ ਉਹ ਪਿੱਛੋਂ ਡਿੱਗਦੀਆਂ ਖਲੋਤੀਆਂ। ਆਹ ਵੜ ਸੀ ਉਮੀਦ ਹਾਂ, ਤੂੰ ਨੇੜੇ ਲੱਗਦਾ ਰੱਖਣਾ ਮੈਂ ਤੂੰ। ਪੱਕਾ ਕਰੀਂਦੇ ਪੈਣ ਗਾਂ ਨੂੰ ਰੱਸੀਆਂ ਮਾਰ ਕੇ। ਜੱਟ ਬੰਦਾ ਮੈਂ ਨਾਲ ਗਿਣ ਕੇ ਆਇਆ, ਮੈਂ ਤੇਰਾ ਤਰਖੜਾ ਕੋਈ ਨਾ, ਸਿੱਧੀ ਗੱਲ ਇਹ ਯਾਰ ਅਲੀ ਆਵਾਸ ਹੈ, ਤੂੰ ਕੈਸੇ ਮੰਡੀ ਹੋਈ ਯਾਰ ਅਲੀ ਹਰ ਸ਼ਾਇਦ ਤੈਰੀਏ ਰਿਸ਼ਕੇ ਅਲੀ ਆਵਾਸ ਦਾ ਜੀ। ਹਾਂ ਇਹਦੀ ਗੱਲ ਹੈ। ਅੱਛਾ ਜੀ ਗਾਂ ਇੱਥੇ ਪੱਕਾ ਸ਼ੱਕਾ ਕਰੀਂਦੇ ਪਏ, ਅਤੇ ਤਾਂ ਕਿ ਸਕੂਨ ਨਾਲ ਲੱਗੀ ਮੈਨੇ ਇਸ ਪਰ ਵਿਊ ਦੇਖ ਨੂੰ ਯਾਰ, ਜਿਹੜਾ ਹਰ ਫਿਲੋ ਮੈਂ ਤੁਹਾਨੂੰ ਖਿਆਂਦਾ ਰਹਿਣਾ। ਇਹ ਦੇਖੋ ਜੀ ਸਾਰਾ ਸਬਜ਼ਾ ਲੂਸਣ ਕਰੇ ਹੋਏ, ਆਪਣਾ ਸਕੂਨ ਨਾਲ ਖਾਂਦੀ ਪੀਂਦੀ ਆਏ। ਹੁਣ ਅਸੀਂ ਲਈ ਜਾਂਦੇ ਹਾਂ ਵਾਪਸ ਆਪਣੇ ਕੋਲ, ਕੁਝ ਦੇਰ ਰੱਖਸਾਂ ਹੈ ਵੱਧ ਦੇਣਾ ਸਾਰਾ ਰੂਮ ਅੰਗੇ ਵੱਧ ਸਹੀ ਰਹੇ ਡੇਮ ਸਹੀ ਆ। ਕਿਵੇਂ ਗੱਲ ਹੈ ਲਈ ਬਸ ਇੱਥੇ ਸਿੱਧੀ ਹੋ ਖਲੋ। ਉਹ ਸਾਹਮਣੇ ਘੋੜੀ ਖਲੋਤੀ ਹੋਈ ਹੈ ਜੀ, ਦੇਖੋ ਲੂਸਣੇ ਜੀ ਵਧੀ ਹੋਈ ਹੈ। ਲਾਇਆ 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 ਨਨਿਆ ਲਾਇਆ ਯਾਰ, ਜਿਹੜੀ ਸ਼ਾਇਦ ਡਰ ਆਈ ਨਾ ਉਹ ਹੀ ਸਾਡੇ ਨਾਲ ਹੋ ਗਈ ਹੈ। ਰਿਸ਼ਕੇ ਦਾ ਟਾਇਰ ਪੈਂਚਰ ਹੋ ਗਿਆ, ਪਤਾ ਨਹੀਂ ਕੋਈ ਕਿੱਲ ਪਿਆ ਜਾਂ ਕੀ ਹੋਇਆ, ਸਹੀ ਮਤਲਬ ਜਿਵੇਂ ਅੱਧ ਹਵਾ ਯਕਦਮ ਮਿੰਟ 'ਚ ਨਿਕਲੀ ਹੈ। ਗਾਂ ਸਾਰੀ ਉਹਨੂੰ ਡਿੱਗਦੀ ਖਲੋਤੀ ਹੈ, ਅਲੀ ਬਸ ਰੋਡ 'ਤੇ ਬਹਿ ਰਿਹਾ। ਅਲੀ ਬਸ ਕਿਉਂ ਬੈਠਾ ਰੋਡ ਦੇ ਉੱਤੇ ਯਾਰ? ਹਾਂ ਇਹਦੀ ਗੱਲ ਹੈ। ਅੱਛਾ ਜੇ ਪਿੱਛੋਂ ਆਉਂਦੇ ਭੈਣ ਚੁੱਪ ਯਾਰ ਨਕਲ ਯਾਰ ਪੱਖੀ ਵਾਸ ਆਉਂਦੇ ਭੈਣ ਜੀ ਇਸ ਸਾਈਡ ਤੋਂ, ਅਤੇ ਉਹਨਾਂ ਕੋਲ ਪੁੱਛਣੀ ਅਗਰ ਕੋਈ ਚੂਚਾ ਮੂਚਾ ਹੋਇਆ ਤਾਂ ਉਹ ਕਹਿਣ ਗਿਣ ਸਾਏ। ਅਤੇ ਅਲੀ ਅਬਾਸ ਸਾਹਿਬ ਕੇ ਸਲਾਹ ਲੈ ਰਹੇ ਸਨ, ਅਲੀ ਅਬਾਸ ਇਹ ਵੇ ਚੂਚਿਆਂ ਦਾ ਵਪਾਰੀ ਹੈ, ਅਤੇ ਅਲੀ ਅਬਾਸ ਸਾਹਿਬ ਚੂਚਾ ਕਹਿਣਾ ਹੈ, ਪੈਸੇ ਦੇ ਸਹੀ ਆ, ਪੈਸਾ ਬੜਾ ਆਪਣੇ ਕੋਲ, ਬਹੁਤ ਪੈਸਾ ਆਪਣੇ ਪਾਸ। ਸੁਣਾਓ ਕੀ ਆਖਣਾ ਚਾਹੁੰਦੇ ਹੋ? ਗੱਲ ਤਾਂ ਉਹਨਾਂ ਡੰਗਰਾਂ ਦੇ ਬਣਿਆ ਨੈਲ, ਅੱਛਾ ਦਾਦੀ ਪੇਰੀ ਜਗਾ ਕੀਤਾ ਮੇਰਾ ਨੈਲ ਹੀ ਬਣਾ, ਉਹਨਾਂ ਪਰਾਂ ਨਹੀਂ ਸਾਡੇ 400 ਚਾ ਕੇ ਤੇ ਮੇਰਾ ਕਾਰੋਬਾਰ ਬਣਾ ਖੁਰੇ ਖੁਰੇ। ਆਹਾ ਪੁਰ ਲੱਗਿਆ ਤੁਹਾਨੂੰ ਕਿਹਨੂੰ ਮੈਂ ਜਮਾਲੀ ਦੇ। ਇਹ ਦੇਖੋ ਜੀ ਮੁਲਖਾਂ ਦੇ ਕਬੂਤਰ ਵਧੇ ਹੋਣ ਮਾਸ਼ਾਅੱਲਾ। ਹਾਂ ਤੇ ਮੁਲਖਾਂ ਦੇ ਹੁਣ ਸਾਨੂੰ ਕਿਹੜਾ ਪਤਾ ਕਹਿੰਦੇ ਨੇ। ਇਹ ਦੇਖੋ ਜੀ ਇੱਥੇ ਆਪਣਾ ਚੁਗ ਸਿੰਨ ਖਾ ਸਿੰਨ ਪੀ ਸਿੰਨ ਦਵਾ ਤੁਰ ਬੈ ਸਿੰਨ। ਇਹ ਭਰਾ ਭੜਾ ਟਾਇਰ ਖਿਣ ਕੇ ਹੁਣ ਟਾਇਰ ਚੇਂਜ ਹੁੰਦਾ ਪਿਆ, ਗਾਂ ਸਾਰੀ ਖਲੋਤੀ ਹੈ ਮੁਤਮੈਨ। ਸਫ਼ਰ ਸ਼ੁਰੂ ਕਰ ਰੱਖਿਆ ਹੁਣ ਦਿਲ ਦੁਆ ਕਰੇ ਖੈਰ ਦੇ ਬਿਸਮਿਲ੍ਲਾ। ਹਾਂ ਅੰਜਾਮ ਖੁਦਾ ਜਾਣੇ। ਅਲਹਮਦੁਲਿਲਾ ਜੀ ਗਾਂ ਖਿਣ ਕੇ ਅਸਾਂ ਫਿਰ ਆਏ ਅਲੀ ਅਬਾਸ, ਹੁਣ ਗਾਂ ਲਹਿੰਦਾ ਪਿਆ ਰਸ਼ਕੇ ਚੋਂ, ਅਤੇ ਅੱਗਾ ਤੁਹਾਨੂੰ ਰੱਖਿਆ ਸਾਰਾ ਮਾਹੌਲ। ਬਿਸਮਿਲ੍ਲਾ ਪੜ੍ਹ ਕੇ ਲਾਲ ਹੈ ਪਿਛੇ ਅੰਦਰ। ਬਿਸਮਿਲ੍ਲਾ 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 ਬਿਸਮਿਲ੍ਲਾ।
ਲੈ ਹਾਂ ਲੈ ਆ ਸੀ ਲੈ ਆ ਸੀ ਬਸ ਲੈ ਆਪਣੇ ਹੱਥ ਦਾ ਧਿਆਨ ਬਿਸਮਿਲ੍ਲਾ ਪੜ ਕੇ ਲਈ ਆ ਕਹਿੰਦੇ ਆ ਵੈ ਸ਼ਹਿਜ਼ਾਦੀਏ ਜੀ ਹੁਣ ਸਕੂਨ ਵਾਲੇ ਤੇ ਖਾਂ ਦੀ ਖਲੋਤੀ ਨੇ ਅੱਛਾ ਜੀ ਅਸਾਂ ਇਸ ਇਲਾਕੇ ਦੇ ਵਿੱਚ ਛੋਲੇ ਪਟੀਂਦੇ ਵਧੇ ਅਸੀਂ ਤਾਂ ਸਾਨੂੰ ਨਜ਼ਰ ਆਉਣ ਜੀ ਇਹ ਚਿੜੀ ਦੇਣ ਜਾਂ ਤਿੱਤਰ ਦੇ ਅੰਡੇ ਇਹ ਦੇਖੋ ਪਏ ਹੋਣ ਜੀ ਅਤੇ ਇਸ ਜੰਗਲ ਦੇ ਵਿੱਚ ਨਾ ਇਹ ਜਿਹੀਆਂ ਆਮ ਲਾਭ ਪੈਣੀਆਂ ਇੱਥੇ ਤਿੱਤਰ ਹੀ ਦਮੀ ਵਾਲੇ ਇਹਦੇ ਬੋਲਦੇ ਨਾ A few moments later. ਲਾਰੀ ਦੇਖੋ ਜੀ ਲੈਟ ਉੱਤੇ ਦੇਖੋ ਲੱਗੀ ਹੋਈ ਆ ਮਾਸ਼ਾ ਅੱਲਾ ਉਮੀਦ ਕਰੇ ਸੀ ਜੀ ਅੱਜ ਦਾ ਵਲੋਗ ਤੁਹਾਨੂੰ ਪਸੰਦ ਆਇਆ ਸੀ ਅਗਰ ਇਹ ਵਲੋਗ ਪਸੰਦ ਆਇਆ ਤਾਂ ਇਸਨੂੰ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰਕੇ ਬੈਲ ਆਈਕਨ ਦਬਾ ਛੋੜੋ ਇਨਸ਼ਾਅੱਲਾ ਤੁਹਾਨੂੰ ਮਿਲਦਾ ਹੈ ਤੁਹਾਨੂੰ ਨੈਕਸਟ ਵਲੋਗ ਦੇ ਵਿੱਚ ਅੱਲਾ ਹਾਫਿਜ਼